ਸਫਲ ਬਣਾਉਣਾ ਏ, ਮਨ ਗੁਰ ਚਰਨਾਂ ਵਿੱਚ ਲਾਉਣਾ ਏ। ਨਾਮ ਸਰੋਵਰ ਦੇ ਵਿੱਚ ਬੰਦਿਆ, ਨਾਮ ਸਰੋਵਰ ਦੇ ਵਿੱਚ ਬੰਦਿਆ, ਪਾਣੀ ਦੇ ਨਾਲ ਤਰਿਆ ਕਰ।
ਸਭ ਦੇ ਉੱਤੇ ਦਇਆ ਕਰੀ ਤੂੰ ਪਰਉਪਕਾਰਕ ਮਾਈ ਤੂੰ ਸਭ ਦੇ ਉੱਤੇ ਦਇਆ ਕਰੀ ਤੂੰ ਪਰਉਪਕਾਰਕ ਮਾਈ ਤੂੰ ਏਕ ਨੂਰ ਤੇ ਸਭ ਜਗ ਉਪਜਿਆ ਇਹ ਰਸਤਾ ਅਪਣਾਈ ਤਕੜੇ ਦੇ ਵੱਲ ਵੇਖ ਵੇਖ ਕੇ ਤਕੜੇ ਦੇ ਵੱਲ ਵੇਖ ਵੇਖ ਕੇ ਐਵੇਂ ਨਾ ਤੂੰ ਮਰਿਆ ਕਰ ਇਸ ਮਨ ਚੋਂ ਕੱਢਦੇ ਹਾਂ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਇਸ ਮਨ ਚੋਂ ਕੱਢਦੇ ਹਾਂ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸਭ ਧਰਮਾਂ ਦਾ ਆਦਰ ਕਰਨਾ ਇਹ ਉਪਦੇਸ਼ ਹਰੀ ਦਾ ਸਭ ਧਰਮਾਂ ਦਾ ਆਦਰ ਕਰਨਾ ਇਹ ਉਪਦੇਸ਼ ਹਰੀ ਦਾ ਸਿਮਰਨ ਕਰਕੇ ਉਸ ਦਾ ਤੇ ਦਾ ਸਾਗਰ ਪਾਰ ਕਰੀ ਦਾ ਰਾਮ ਨਾਮ ਦੀ ਬੰਦਗੀ ਕਰਕੇ ਰਾਮ ਨਾਮ ਦੀ ਬੰਦਗੀ ਕਰਕੇ ਸਤ ਸੰਗਤ ਤੂੰ ਕਰਿਆ ਕਰ ਇਸ ਮਨ ਚੋਂ ਕੱਢਦੇ ਹਾਂ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਇਸ ਮਨ ਚੋਂ ਕੱਢਦੇ ਹਾਂ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸਫਲ ਬਣਾਉਣਾ ਜੇ ਤੂੰ ਜੀਵਨ ਸਫਲ ਬਣਾਉਣਾ ਮਨ ਗੁਰ ਚਰਨਾਂ ਵਿੱਚ ਲਾਉਣਾ ਨਾਮ ਸਰੋਵਰ ਦੇ ਵਿੱਚ ਬੰਦਿਆ ਨਾਮ ਸਰੋਵਰ ਦੇ ਵਿੱਚ ਬੰਦਿਆ ਪਾਣੀ ਦੇ ਨਾਲ ਤਰਿਆ ਕਰ ਇਸ ਮਨ ਚੋਂ ਕੱਢ ਕੱਢਦੇ ਹਾਂ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸਤਿਗੁਰੂ ਪਾਤਸ਼ਾਹ ਉਹਨਾਂ ਨੇ ਹਰ ਇੱਕ ਗੁਰਸਿੱਖ ਨੂੰ ਉਪਦੇਸ਼ ਦਿੱਤਾ ਹੈ ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਦਿੱਤਾ ਹੈ ਕਿ ਇਹ ਪ੍ਰਾਣੀ ਜੇ ਤੂੰ ਆਪਣਾ ਇਸ ਸੰਸਾਰ ਤੇ ਆਇਆ ਹੋਇਆ ਸਫਲ ਕਰਨਾ ਹੈ ਨਾ
ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਨਾ ਤਾਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਸਰੋਵਰ ਵਿੱਚ ਤਾਰੀ ਲਾਇਆ ਕਰ, ਉਸ ਬਾਣੀ ਦੇ ਸਰੋਵਰ ਵਿੱਚ ਤਰਿਆ ਕਰ। ਸਤਿਗੁਰੂ ਕਹਿ ਰਹੇ ਨੇ ਕਿ ਭਲਿਆ ਇਸ ਆਪਣੇ ਪਾਪੀ ਮਨ ਦੇ ਵਿੱਚੋਂ ਹਉਮੈ ਨੂੰ ਕੱਢ ਦੇ ਤੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾ। ਉੱਠਦਾ ਬੈਠਦਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਤੇ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਕਲਯੁਗ ਦੇ ਤਾਰਨ ਵਾਸਤੇ ਇਸ ਕਲਯੁਗ ਵਿੱਚ ਅਵਤਾਰ ਧਾਰਿਆ ਤੇ ਗੁਰਸਿੱਖੋ ਪਾਤਸ਼ਾਹ ਨੇ ਹਰ ਇੱਕ ਨੂੰ ਵਾਹਿਗੁਰੂ ਦੇ ਨਾਲ ਜੋੜਿਆ, ਅਕਾਲ ਪੁਰਖ ਦੇ ਨਾਲ ਜੋੜਿਆ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ। ਤੇ ਇੱਕ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਬੰਦਾ ਆਇਆ, ਉਹਨੇ ਬੜੀ ਵਡਿਆਈ ਸੁਣੀ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ, ਤੇ ਪਾਤਸ਼ਾਹ ਨੂੰ ਕਹਿੰਦਾ ਕਿ ਸਤਿਗੁਰੂ ਮੈਂ ਕਿਸ ਚੀਜ਼ ਨੂੰ ਧਾਰਨ ਕਰਾਂ, ਸਿੱਖੀ ਜਾਂ ਫਕੀਰੀ ਜਾਂ ਫਿਰ ਗ੍ਰਸਤ ਧਰਮ ਧਾਰਨ ਕਰਾਂ ਜਿਸ ਨਾਲ ਮੇਰਾ ਆਇਆ ਹੋਇਆ ਸਫਲ ਹੋ ਜਾਵੇ। ਤਾਂ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਇਸ ਗੱਲ ਦਾ ਤੈਨੂੰ ਅਸੀਂ ਫੇਰ ਜਵਾਬ ਦਿਆਂਗੇ, ਤੂੰ ਇਉਂ ਕਰ ਕਿ ਆ ਸਾਡੀ ਚਿੱਠੀ ਲੈ ਜਾ ਤੇ ਇੱਥੋਂ 15 ਮੀਲ ਦੂਰ ਪਿੰਡ ਇੱਕ ਸਾਡਾ ਸਿੱਖ ਰਹਿੰਦਾ, ਉਹਨੂੰ ਜਾ ਕੇ ਇਹ ਚਿੱਠੀ ਦੇ ਦੇਣੀ ਹੈ ਤੇ ਤੂੰ ਉਹਦੇ ਘਰੋਂ ਜਦੋਂ ਭੋਜਨ ਛਕਣਾ ਹੈ ਨਾ ਤਾਂ ਪਹਿਲਾਂ ਉਹਦੇ ਕੋਲੋਂ 200 ਰੁਪਏ ਲੈ ਕੇ ਫੇਰ ਭੋਜਨ ਛਕਣਾ। ਤਾਂ ਸਾਧ ਸੰਗਤ, ਉਹ ਬੰਦਾ ਚਿੱਠੀ ਲੈ ਕੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੇ ਘਰ ਪਹੁੰਚ ਗਿਆ। ਉਹਨੇ ਬੜਾ ਸਤਿਕਾਰ ਕੀਤਾ ਤਾਂ ਉਹ ਬੰਦਾ ਕਹਿੰਦਾ ਕਿ ਗੁਰੂ ਜੀ ਦਾ ਹੁਕਮ ਹੈ, ਪਹਿਲਾਂ ਮੈਨੂੰ 200 ਰੁਪਇਆ ਦੇ ਦਿਓ, ਫਿਰ ਮੈਂ ਪ੍ਰਸ਼ਾਦ ਤੁਹਾਡੇ ਘਰ ਦਾ ਅੰਨ ਛਕਣਾ। ਤਾਂ ਸਾਧ ਸੰਗਤ, ਉਹ ਇੱਕ ਬੜਾ ਗਰੀਬ ਗੁਰੂ ਕਾ ਸਿੱਖ ਸੋਚਣ ਲੱਗਿਆ, ਕਹਿੰਦਾ ਕਿ ਇੰਨਾ ਰੁਪਇਆ ਕਿੱਥੋਂ ਦੇਵਾਂ। ਤਾਂ ਪਤੀ ਨੂੰ ਜਦੋਂ ਸੋਚਾਂ ਵਿੱਚ ਪਿਆ ਵੇਖਿਆ ਨਾ ਤਾਂ ਉਹਦੀ ਘਰਵਾਲੀ ਕਹਿੰਦੀ ਕਿ ਤੁਸੀਂ ਸੋਚਾਂ ਵਿੱਚ ਕਿਉਂ ਪਏ ਹੋ। ਤਾਂ ਜਦੋਂ ਗੁਰਸਿੱਖ ਨੇ ਗੁਰੂ ਦਾ ਹੁਕਮ ਦੱਸਿਆ ਤਾਂ ਉਹ ਕਹਿੰਦੀ ਕਿ ਜਿਹੜਾ ਇੱਕ ਸ਼ਾਹੂਕਾਰ ਤੁਹਾਨੂੰ 500 ਰੁਪਇਆ ਦੇ ਕੇ ਆਪਣੇ ਲੜਕੇ ਵਾਸਤੇ ਸਾਡੀ ਜਵਾਨ
ਲੜਕੀ ਦਾ ਰਿਸ਼ਤਾ ਮੰਗਦਾ ਸੀ ਤੇ ਆਪਾਂ ਪਾਪ ਸਮਝ ਕੇ ਲੜਕੀ ਦਾ ਰੁਪਈਆ ਸਵੀਕਾਰ ਨਹੀਂ ਕੀਤਾ ਤੇ ਜਾਓ ਗੁਰੂ ਦਾ ਹੁਕਮ ਹੈ ਪੂਰਾ ਕਰਨਾ ਤੇ ਲੜਕੀ ਦਾ ਰਿਸ਼ਤਾ ਮੰਨ ਕੇ ਪੈਸੇ ਲੈ ਆਓ ਤਾਂ ਸਾਧ ਸੰਗਤ ਉਹ ਗੁਰਸਿੱਖ ਪਹੁੰਚ ਗਿਆ ਸ਼ਾਹੂਕਾਰ ਦੇ ਪਾਸ ਆਪਣੀ ਲੜਕੀ ਦਾ ਰਿਸ਼ਤਾ ਰੱਖ ਦਿੱਤਾ ਅੱਗੇ ਸ਼ਾਹੂਕਾਰ ਦੇ ਲੜਕੇ ਵਾਸਤੇ ਤਾਂ ਸਾਧ ਸੰਗਤ ਸ਼ਾਹੂਕਾਰ ਕਹਿੰਦਾ ਕਿ ਗੁਰਸਿੱਖਾ ਤੂੰ ਹੋਰ ਧਨ ਲੈ ਲੈ ਆਪਣੇ ਸਾਰੇ ਕੰਮ ਸਾਰ ਲੈ ਇੱਕ ਵਾਰ ਆਪਣੀ ਗਰੀਬੀ ਦੂਰ ਕਰ ਲੈ ਪਰ ਗੁਰੂ ਦਾ ਸਿੱਖ ਕਹਿੰਦਾ ਕਿ ਮੈਨੂੰ ਹੋਰ ਧਨ ਦੀ ਲੋੜ ਨਹੀਂ ਸਿਰਫ 250 ਚਾਹੀਦਾ ਤਾਂ ਸਾਧ ਸੰਗਤ ਸ਼ਾਹੂਕਾਰ ਨੇ 250 ਰੁਪਇਆ ਗੁਰਸਿੱਖ ਨੂੰ ਦੇ ਦਿੱਤਾ ਉਸ ਦੀ ਲੜਕੀ ਦੇ ਰਿਸ਼ਤੇ ਦੇ ਬਦਲੇ ਤਾਂ ਸਾਧ ਸੰਗਤ ਪਹਿਲਾਂ ਉਹਨੇ 200 ਰੁਪਇਆ ਉਸ ਪ੍ਰਾਣੀ ਨੂੰ ਲਿਆ ਕੇ ਫੜਾਇਆ ਆਖ ਦਿੱਤਾ ਕਿ ਆਹ 200 ਰੁਪਇਆ ਸਤਿਗੁਰਾਂ ਨੂੰ ਮੱਥਾ ਟੇਕ ਦੇਵੀ ਤੇ ਆਹ 50 ਰੁਪਏ ਤੇਰੀ ਭੇਟਾ ਨੇ ਉਸ ਤੋਂ ਬਾਅਦ ਪ੍ਰਸ਼ਾਦਾ ਛਕ ਲਿਆ ਤਾਂ ਸਾਧ ਸੰਗਤ ਜਦੋਂ ਇਸ ਵਾਕਿਆ ਤੋਂ ਉਹ ਵਾਪਸ ਆ ਰਿਹਾ ਹੈ ਨਾ ਉਹ ਪ੍ਰਾਣੀ ਜਿਸਨੇ ਸਤਿਗੁਰਾਂ ਤੋਂ ਪੁੱਛਿਆ ਸੀ ਕਿ ਸਿੱਖੀ ਜਾਂ ਫਕੀਰੀ ਜਾਂ ਗ੍ਰਸਤ ਧਾਰਨ ਕਰਾਂ ਦੱਸੋ ਜਿਸ ਨਾਲ ਮੇਰਾ ਪਾਰ ਉਤਾਰਾ ਹੋ ਜਾਵੇ ਤਾਂ ਰਸਤੇ ਵਿੱਚ ਉਹ ਹੁਕਮਨਾਮੀਆਂ ਦੁਪਹਿਰ ਸਮੇਂ ਥੱਕ ਕੇ ਇੱਕ ਸਾਧੂ ਦੇ ਪਾਸ ਬੈਠ ਗਏ ਤਾਂ ਸਾਧ ਸੰਗਤ ਇੱਕ ਪਿੱਛੋਂ ਇੱਕ ਹੋਰ ਸ਼ਾਹੂਕਾਰ ਆਇਆ ਉਹਨੇ ਸੰਤ ਰੂਪ ਸਾਧੂ ਨੂੰ ਇੱਕ ਦੁਸ਼ਾਲਾ ਅਤੇ ਮਿੱਠਾ ਭੋਜਨ ਭੇਟਾ ਕਰਕੇ ਮੱਥਾ ਟੇਕਿਆ ਤੇ ਚਲਿਆ ਗਿਆ ਤੇ ਉਸ ਦੇ ਪਿੱਛੋਂ ਇੱਕ ਹੋਰ ਰਾਹੀ ਆਇਆ ਉਹ ਸਾਧੂ ਦੇ ਅੱਗਿਓਂ ਦੁਸ਼ਾਲਾ ਤੇ ਮਿੱਠਾ ਚੁੱਕ ਕੇ ਲੈ ਗਿਆ ਪਰ ਸਾਧੂ ਨੇ ਉਸ ਮਹਾਤਮਾ ਨੇ ਨਾ ਦੇਣ ਵਾਲੇ ਨੂੰ ਭਲਾ ਤੇ ਨਾ ਚੁੱਕ ਕੇ ਲੈ ਜਾਣ ਵਾਲੇ ਨੂੰ ਬੁਰਾ ਆਖਿਆ ਸਭ ਕੁਝ ਵੇਖ ਕੇ ਵੀ ਚੁੱਪ ਕਰਕੇ ਇੱਕ ਸਮਾਨ ਬੈਠਾ ਰਿਹਾ ਤਾਂ ਉਹ ਬੰਦਾ ਉਹ ਪ੍ਰਾਣੀ ਬੜਾ ਹੈਰਾਨ ਹੋਇਆ ਫਿਰ ਆਪਣੇ ਰਸਤੇ ਤੁਰ ਪਿਆ ਜਦੋਂ ਸਾਧ ਸੰਗਤ ਰਾਤ ਪਈ ਠੰਡ ਦਾ ਟਾਈਮ ਸੀ ਸਰਦੀ ਦਾ ਟਾਈਮ ਸੀ ਇੱਕ ਦਰਖਤ ਦੇ ਹੇਠਾਂ ਡੇਰਾ ਲਾ ਕੇ ਬੈਠ ਗਏ ਤੇ ਸਾਧ ਸੰਗਤ ਉਸ ਦਰਖਤ ਉੱਤੇ ਇੱਕ ਪੰਛੀਆਂ ਦਾ ਜੋੜਾ ਰਹਿੰਦਾ ਸੀ ਉਹਨਾਂ ਨੇ ਵੇਖਿਆ ਕਿ ਸਾਡੇ ਘਰ ਪ੍ਰਾਹੁਣਾ ਆਇਆ ਇਹਨੇ ਰਾਤ ਕੱਟਣੀ ਹੈ ਇਹਨੂੰ ਠੰਡ ਲੱਗ ਰਹੀ ਹੈ ਤੇ ਸਾਡਾ ਧਰਮ ਹੈ ਇਹਨੂੰ ਭੋਜਨ ਦੇਈਏ ਤਾਂ ਸਾਧ ਸੰਗਤ ਇਸ ਤਰ੍ਹਾਂ ਸੋਚ ਵਿਚਾਰ ਕਰਕੇ ਉਹ ਪੰਛੀਆਂ ਨੇ
ਨਰ ਪੰਛੀ ਨੇ ਪਿੰਡ ਵਿੱਚੋਂ ਆਪਣੀ ਚੁੰਝ ਵਿੱਚ ਅੱਗ ਦੀ ਚੰਗਿਆੜੀ ਲਿਆਂਦੀ ਤੇ ਸਿੱਖ ਦੇ ਪਾਸ ਹੇਠਾਂ ਸੁੱਟ ਦਿੱਤੀ। ਤਾਂ ਸਾਧ ਸੰਗਤ ਉਹ ਸਿੱਖ ਨੇ ਕੱਖ ਕਾਨੇ ਇਕੱਠੇ ਕਰਕੇ ਅੱਗ ਬਾਲੀ, ਅੱਗ ਸੇਕ ਰਿਹਾ, ਉਹਨੂੰ ਨਿੱਘ ਪਹੁੰਚਿਆ। ਤਾਂ ਉਹ ਦੋਨੋਂ ਪੰਛੀ ਕਹਿੰਦੇ ਬਈ ਇਹ ਭੁੱਖਾ ਵੀ ਹੈ। ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਕਿ ਇਹਦੇ ਵਾਸਤੇ ਭੋਜਨ ਚਾਹੀਦਾ ਹੈ। ਅੱਗ ਬੜ ਰਹੀ ਸੀ ਤਾਂ ਸਾਧ ਸੰਗਤ ਵੇਖੋ ਆਏ ਪ੍ਰਾਹੁਣੇ ਦੀ, ਆਏ ਅਤਿਥੀ ਦੀ ਕਿਸ ਤਰ੍ਹਾਂ ਆਪਣਾ ਆਪ ਗਵਾ ਕੇ ਸੇਵਾ ਕਰ ਰਹੇ ਨੇ। ਹੋਰ ਕੁਝ ਨਹੀਂ ਸੀ ਖਾਣ ਵਾਸਤੇ। ਉਹ ਨਰ ਪੰਛੀ ਦੀ ਇਸਤਰੀ ਆਪਣੇ ਆਪ ਜਾਣ ਕੇ ਅੱਗ ਦੇ ਵਿੱਚ ਡਿੱਗ ਪਈ ਤੇ ਸਾਧ ਸੰਗਤ ਜਦੋਂ ਡਿੱਗ ਪਈ ਤਾਂ ਉਹ ਬੰਦੇ ਨੇ ਉਹਨੂੰ ਭੁੰਨ ਕੇ ਖਾ ਲਿਆ। ਜਦੋਂ ਨਰ ਪੰਛੀ ਨੇ ਵੇਖਿਆ ਕਿ ਇਹ ਸਾਡਾ ਪ੍ਰਾਹੁਣਾ ਅਜੇ ਭੁੱਖਾ ਹੈ ਤਾਂ ਸਾਧ ਸੰਗਤ ਉਹ ਆਪ ਵੀ ਅੱਗ ਦੇ ਵਿੱਚ ਡਿੱਗ ਪਿਆ ਤੇ ਉਹ ਪ੍ਰਾਣੀ ਉਹਨੂੰ ਵੀ ਭੁੰਨ ਕੇ ਖਾ ਗਏ। ਜਦੋਂ ਸਵੇਰੇ ਚੱਲ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਪਹੁੰਚਿਆ, ਪਾਤਸ਼ਾਹ ਕਹਿੰਦੇ ਬਈ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ ਕਿ ਨਹੀਂ? ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਕੁਝ ਸਮਝ ਨਹੀਂ ਆਈ, ਸਮਝਾਵੋਗੇ ਤਾਂ ਸਮਝਾਂਗਾ। ਪਾਤਸ਼ਾਹ ਕਹਿੰਦੇ ਬਈ ਗੁਰਸਿੱਖਾ, ਜੇ ਤੂੰ ਸਿੱਖ ਬਣਨਾ ਤਾਂ ਉਸ ਸਿੱਖ ਵਰਗੇ ਬਣੋ ਜਿਸਨੇ ਸਭ ਕੁਝ ਗੁਰੂ ਦਾ ਜਾਣ ਕੇ ਆਪਣੀ ਲੜਕੀ ਦੇ ਬਦਲੇ, ਆਪਣੀ ਲੜਕੀ ਦੇ ਰਿਸ਼ਤੇ ਬਦਲੇ ਤੈਨੂੰ ਪੈਸੇ ਲਿਆ ਕੇ ਗੁਰੂ ਨਿਮਿੱਤ ਦੇ ਦਿੱਤੇ। ਜੇਕਰ ਫਕੀਰੀ ਧਾਰਨ ਕਰਨੀ ਹੈ ਤਾਂ ਉਸ ਸਾਧੂ ਵਰਗੀ ਕਰ ਜਿਸ ਨੂੰ ਨਾ ਆਏ ਦੀ ਖੁਸ਼ੀ ਤੇ ਨਾ ਗਏ ਦੀ ਗਮੀ। ਤੇ ਭਲਿਆ ਜੇ ਤੂੰ ਗ੍ਰਿਸਤ ਧਰਮ ਧਾਰਨ ਕਰਨਾ ਤਾਂ ਫਿਰ ਉਹਨਾਂ ਪੰਛੀਆਂ ਵਾਂਗੂ ਆਪਾ ਵਾਰ ਕੇ, ਆਪਣਾ ਆਪ ਵਾਰ ਕੇ ਆਏ ਅਤਿਥੀ ਦੀ, ਆਏ ਪ੍ਰਾਹੁਣੇ ਦੀ ਸੇਵਾ ਨੂੰ ਮੁੱਖ ਰੱਖਣਾ ਨਿਸ਼ਚੇ ਕਰ ਲੈ। ਇਹਨਾਂ ਤਿੰਨਾਂ ਨੂੰ ਵਿਚਾਰ ਕੇ ਜਿਹੜੀ ਗੱਲ ਤੈਨੂੰ ਚੰਗੀ ਲੱਗੇ, ਸਿੱਖੀ ਫਕੀਰੀ ਜਾਂ ਗ੍ਰਸਤ ਧਾਰਨ ਕਰ ਲੈ, ਹੱਥ ਜੋੜ ਲੈ, ਚਰਨਾਂ ਤੇ ਢਹਿ ਪਿਆ। ਕਹਿੰਦਾ ਸਤਿਗੁਰੂ ਐਸੀ ਕਿਰਪਾ ਕਰੋ ਕਿ ਮੈਂ ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰਾਂ, ਮਨ ਨੀਵਾਂ ਕਰਕੇ ਸਿੱਖਾਂ ਦੀ, ਤੁਹਾਡੇ ਸੇਵਕਾਂ ਦੀ ਸੇਵਾ ਕਰਾਂ। ਐਸੀ ਕਿਰਪਾ ਕਰੋ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਰਵਾਂ, ਪਰਿਵਾਰ ਦੇ ਵਿੱਚ ਰਹਿ ਕੇ ਤੁਹਾਡੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਰਵਾਂ। ਜੇ ਤੂੰ ਜੀਵਨ ਸਫਲ ਬਣਾਉਣਾ ਏ, ਜੇ ਤੂੰ ਜੀਵਨ ਸਫਲ ਬਣਾਉਣਾ ਏ, ਮਨ ਗੁਰ ਚਰਨਾਂ ਵਿੱਚ ਲਾਉਣਾ ਏ, ਨਾਮ ਸਰੋਵਰ ਦੇ ਵਿੱਚ ਬੰਦਿਆ, ਨਾਮ ਸਰੋਵਰ ਦੇ ਵਿੱਚ ਬੰਦਿਆ
ਪਾਣੀ ਦੇ ਨਾਲ ਤਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਸਤਿਗੁਰ ਨੇ ਦੱਸਿਆ ਏ, ਨਾਮ ਜਪੋ ਤੇ ਵੰਡ ਛਕੋ ਦਾ ਰਾਹ ਸਤਿਗੁਰ ਨੇ ਦੱਸਿਆ ਏ। ਜਿੱਥੇ ਮਰਜੀ ਵੇਖ ਲੈ ਉਸਨੂੰ, ਉਹ ਸਭ ਥਾਈ ਵਸਿਆ ਏ। ਬਾਣੀ ਸਤਿਗੁਰ ਜੀ ਦੀ ਪੜ ਕੇ, ਬਾਣੀ ਸਤਿਗੁਰ ਜੀ ਦੀ ਪੜ ਕੇ, ਹਿਰਦੇ ਨੂੰ ਤੂੰ ਹਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਸਾਧ ਸੰਗਤ, ਇਸ ਸੰਸਾਰ ਤੇ ਕੋਈ ਵੀ ਅਵਤਾਰ ਆਇਆ ਹੈ ਨਾ, ਹਰ ਇੱਕ ਨੇ ਸੰਸਾਰ ਦੇ ਪ੍ਰਾਣੀਆਂ ਨੂੰ ਪਰਮਾਤਮਾ ਦੇ ਨਾਲ, ਪ੍ਰਭੂ ਦੇ ਨਾਲ ਜੋੜਿਆ। ਇੱਕ ਐਸੀ ਵਾਰਤਾ ਆਉਂਦੀ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਇੱਕ ਵਾਰ ਮਥੁਰਾ ਗਏ ਤੇ ਭਗਵਾਨ ਕ੍ਰਿਸ਼ਨ ਜੀ ਦਾ ਇੱਕ ਮਾਲੀ ਦੀ ਲੜਕੀ ਕੁਬਜਾਂ ਦੇ ਨਾਲ ਮੇਲ ਹੋ ਗਿਆ। ਉਹ ਕੁਬਜਾਂ ਜਿਸਨੇ ਭਗਵਾਨ ਕ੍ਰਿਸ਼ਨ ਜੀ ਦੀ ਵਡਿਆਈ ਸੁਣੀ ਹੋਈ ਸੀ, ਬੜੀ ਪ੍ਰਸੰਨ ਹੋਈ, ਚਰਨਾਂ ਤੇ ਢਹਿ ਪਈ। ਉਹਦਾ ਕੰਮ ਸੀ ਹਰ ਰੋਜ਼ ਉਹ ਫੁੱਲਾਂ ਦੀ ਮਾਲਾ ਅਤੇ ਕਸਿਆ ਹੋਇਆ ਚੰਦਨ ਲੈ ਕੇ ਰਾਜੇ ਕੰਸ ਦੇ ਦਰਬਾਰ ਵਿੱਚ ਜਾਂਦੀ ਹੁੰਦੀ ਸੀ, ਤੇ ਚੰਦਨ ਦਾ ਤਿਲਕ ਰਾਜੇ ਕੰਸ ਨੂੰ ਲਾਉਂਦੀ ਹੁੰਦੀ ਸੀ। ਤੇ ਜਦੋਂ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕੀਤੇ ਤਾਂ ਗੁਰਸਿੱਖੋ ਉਹਦੇ ਪੈਰਾਂ ਨੂੰ ਜੰਜੀਰ ਵੱਜ ਗਈ, ਉਹਦੇ ਹਿਰਦੇ ਵਿੱਚ ਇੱਕ ਮਿੱਠਾ ਮਿੱਠਾ ਕਾਂਬਾ ਆਇਆ। ਇੰਨਾ ਖੁਸ਼ ਹੋਈ, ਇੰਨਾ ਪ੍ਰਸੰਨ ਹੋਈ, ਭੁੱਲ ਗਈ ਤੇ ਉਹਨੇ ਉਹ ਫੁੱਲਾਂ ਦੀ ਮਾਲਾ ਭਗਵਾਨ ਕ੍ਰਿਸ਼ਨ ਜੀ ਦੇ ਗਲ ਵਿੱਚ ਪਾ ਦਿੱਤੀ ਤੇ ਨਾਲ ਹੀ ਚੰਦਨ ਦਾ ਟਿੱਕਾ ਵੀ ਲਾ ਦਿੱਤਾ। ਉਹਨੂੰ ਯਾਦ ਨਾ ਰਿਹਾ ਕਿ ਇਹ ਮੈਂ ਚੰਦਨ ਦਾ ਟਿੱਕਾ
ਰਾਜੇ ਕੰਸ ਨੂੰ ਲਾਉਣਾ ਸੀ, ਉਹ ਪਾਪੀ ਕੰਸ ਨੂੰ ਲਾਉਣਾ ਸੀ। ਉਹਨੂੰ ਇਹ ਵੀ ਯਾਦ ਨਾ ਰਿਹਾ ਕਿ ਜੇ ਰਾਜੇ ਨੂੰ ਪਤਾ ਲੱਗ ਗਿਆ ਤਾਂ ਉਹਨੇ ਮੈਨੂੰ ਮਰਵਾ ਦੇਣਾ। ਉਹਨੂੰ ਪਿਆਰ ਦੇ ਵਿੱਚ ਖਿਆਲ ਨਾ ਰਿਹਾ। ਤੇ ਸਾਧ ਸੰਗਤ, ਜਦੋਂ ਭਗਵਾਨ ਕ੍ਰਿਸ਼ਨ ਨੇ ਉਹਦਾ ਪਿਆਰ ਵੇਖਿਆ, ਦਇਆ ਦੇ ਘਰ ਆਏ, ਉਹਨਾਂ ਨੇ ਉਸ ਮਾਲਣ ਦੇ ਵੱਲ ਨਿਗਾਹ ਭਰ ਕੇ ਤੱਕਿਆ ਤੇ ਉਹਦੇ ਕੁੱਬ ਨੂੰ ਤੱਕ ਕੇ ਕੁੱਬ ਨੂੰ ਦੂਰ ਕਰਨ ਦਾ ਮਨ ਵਿੱਚ ਵਿਚਾਰ ਆਇਆ। ਇੰਨੀ ਸੁੰਦਰ ਪਰ ਕੁੱਬ ਕਰਕੇ ਸਾਧ ਸੰਗਤ ਉਹ ਚੰਗੀ ਨਹੀਂ ਲੱਗਦੀ ਸੀ। ਤੇ ਭਗਵਾਨ ਕ੍ਰਿਸ਼ਨ ਤਾਂ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ, ਵਿਸ਼ਨੂੰ ਅਵਤਾਰ ਸਨ। ਉਹਨਾਂ ਨੇ ਮਾਲਣ ਦੇ ਇੱਕ ਪੈਰ ਤੇ ਅੰਗੂਠਾ ਚਰਨ ਦਾ ਰੱਖ ਕੇ ਮੋਢਿਆਂ ਤੋਂ ਫੜ ਕੇ ਐਸਾ ਖਿੱਚਿਆ, ਉਹ ਇੱਕਦਮ ਸਿੱਧੀ ਹੋ ਗਈ, ਕੁੱਬ ਦੂਰ ਹੋ ਗਿਆ। ਜਦੋਂ ਕੁੱਬ ਦੂਰ ਹੋਇਆ ਤਾਂ ਉਹ ਕੁੱਬਜਾਂ ਮਾਲਣ ਮਾਨੋ ਗਵਾਚ ਗਈ। ਭਗਵਾਨ ਕ੍ਰਿਸ਼ਨ ਦਾ ਜਸ ਕਰ ਰਹੀ ਹੈ। ਤੇ ਭਗਵਾਨ ਕ੍ਰਿਸ਼ਨ ਨੇ ਐਸੀ ਕਿਰਪਾ ਕੀਤੀ, ਉਹਨੂੰ ਨੌ ਬਾਰ ਨੌ ਕਰ ਦਿੱਤਾ ਤੇ ਕਹਿੰਦੀ, ਪ੍ਰਭੂ ਦਾਸੀ ਨੂੰ ਚਰਨਾਂ ਵਿੱਚ ਰੱਖੋ। ਤਾਂ ਸਾਧ ਸੰਗਤ, ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਕਿ ਹੇ ਸੇਵਕ, ਕਿ ਸੇਵਕ ਤੇਰਾ ਤੇ ਮੇਰਾ ਨਾਮ ਜੋ ਲਿਆ ਕਰਨਗੇ ਉਹ ਤਰ ਜਾਇਆ ਕਰਨਗੇ। ਗੁਰਬਾਣੀ ਦੇ ਵਿੱਚ ਵੀ ਆਉਂਦਾ, ਕੁਬਜਾਂ ਉਦਰੀ ਅੰਗੂਸ਼ਕ ਧਾਰਾ। ਕਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਉਹਨੂੰ ਤਾਰਿਆ ਤੇ ਪ੍ਰਭੂ ਦੇ ਨਾਲ ਜੋੜ ਦਿੱਤਾ। ਜੇ ਤੂੰ ਜੀਵਨ ਸਫਲ ਬਣਾਉਣਾ ਏ, ਜੇ ਤੂੰ ਜੀਵਨ ਸਫਲ ਬਣਾਉਣਾ ਏ, ਮਨ ਗੁਰ ਚਰਨਾਂ ਵਿੱਚ ਲਾਉਣਾ ਏ, ਨਾਮ ਸਰੋਵਰ ਦੇ ਵਿੱਚ ਬੰਦਿਆ, ਨਾਮ ਸਰੋਵਰ ਦੇ ਵਿੱਚ ਬੰਦਿਆ, ਪਾਣੀ ਦੇ ਨਾਲ ਤਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਇਸ ਮਨ ਚੋਂ ਕੱਢਦੇ ਹੋ ਮੈਨੂੰ, ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਸੱਚੇ ਦੀ ਬਾਣੀ ਨੇ ਆਖਰ ਨੂੰ ਕੰਮ ਆਉਣਾ ਤੇਰੇ, ਸਹਿਬ ਸੱਚੇ ਦੀ ਬਾਣੀ ਨੇ। ਰਹਿਣ ਬਸੇਰਾ ਕਰ ਉੱਠ ਜਾਣਾ, ਪੰਜ
ਪੰਛੀ ਵਾਂਗ ਪੁਰਾਣੀ ਨੇ ਚੰਦਨ ਮੰਦੇ ਬੋਲ ਨਾ ਬੋਲੀ ਚੰਦਨ ਮੰਦੇ ਬੋਲ ਨਾ ਬੋਲੀ ਸਿਰ ਤੇ ਆਈ ਚਰਿਆ ਕਰ ਇਸ ਮਨ ਚੋਂ ਕੱਢਦੇ ਹੋ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਇਸ ਮਨ ਚੋਂ ਕੱਢਦੇ ਹੋ ਮੈਨੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ